ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵੇਰ ਦੇ 6:30 ਵੱਜ ਚੁੱਕੇ ਨੇ, ਆਪਾਂ ਜਾਂਦੇ ਹਾਂ ਕੱਖ ਲੈਣ। ਮੌਸਮ ਦੇਖੋ, ਅੱਜ ਬੱਦਲ ਹੋਇਆ ਪਿਆ ਪੂਰਾ, ਅੱਖਾਂ ਤੋਂ ਤਕਰੀਬਨ ਅੱਜ ਲੇਟ ਹੈ ਆਪਾਂ, ਨਹੀਂ ਅੱਗੇ 6:30-7 ਵਜੇ ਵਾਪਸੀ ਹੋ ਜਾਂਦੀ ਹੈ ਕੱਖ ਵੱਢ ਕੇ। ਅੱਜ ਉੱਠੇ ਨਹੀਂ ਗਿਆ ਹੈਗਾ, ਚਲੋ ਹੁਣ ਵੱਢ ਲਿਆਉਂਦੇ ਹਾਂ, ਚੱਲਦੇ ਹਾਂ ਫਿਰ ਆਪਾਂ ਕੱਖ ਲੈਣ। ਵਾਢੇ 'ਚ ਵੜਦੇ ਹਾਂ ਕੱਖ, ਫਿਰ ਚੱਲਦੇ ਹਾਂ ਘਰੇ, ਦੇਖਦੇ ਹਾਂ ਅੱਜ ਕੀ ਪ੍ਰੋਗਰਾਮ ਬਣਦਾ ਉਸ ਤੋਂ ਬਾਅਦ। ਇਹ ਤਾਂ ਆਪਣਾ ਰੋਜ਼ ਦਾ ਕੰਮ ਹੈ, ਤਾਂ ਕਰਨਾ ਹੀ ਕਰਨਾ, ਪਰ ਅੱਜ ਲੇਟ ਹੀ ਹਾਂ ਇਹੋ ਜਿਹੇ ਵੇਲੇ ਨੂੰ, ਤਾਂ ਘਰੇ ਵਾਪਸ ਵਗ ਜਾਂਦੇ ਹਾਂ। ਧੁੱਪ ਚੜ੍ਹੀ ਨਹੀਂ ਹੈਗੀ ਤੀ, ਜਦੋਂ ਅੱਖ ਖੋਲ੍ਹ ਕੇ ਦੇਖਿਆ ਕਰਦੇ ਵੀ ਹਾਂ ਧੁੱਪ ਨਹੀਂ ਚੜ੍ਹੀ ਹੈਗੀ, ਵੀ ਧੁੱਪ ਚੜ੍ਹੀ ਸੀ ਤਾਂ ਚੱਲਦੇ ਹਾਂ। ਆਹ ਸਵਾਹ ਸਵਾਹ 'ਚ ਹੋਰ ਸੁੱਤੇ ਰਹੇ, ਨੀਂਦ ਬਹੁਤ ਆਈ। ਚਲੋ ਕੋਈ ਗੱਲ ਨਹੀਂ, ਹੁਣ ਬੱਦਲਾਂ ਨੇ ਰੱਬ ਨੇ ਅੱਜ ਛਾਵੇਂ ਕਰਕੀ ਹੈ, ਬੱਦਲਬਾਈ ਪੂਰੀ ਦੇਖੋ, ਪੂਰੀ ਐਨ ਬੱਦਲਬਾਈ। ਲਓ ਜੀ ਕੱਖ ਵੱਢ ਲਏ ਨੇ ਆਪਾਂ ਨੇ, ਲੱਦਦੇ ਹਾਂ ਰੇੜੇ 'ਚ, ਚੱਲਦੇ ਹਾਂ ਘਰੇ ਕੁੱਟਣ ਵਾਸਤੇ ਲੈ ਕੇ, ਫਿਰ ਨਿਬੇੜੀਏ ਕੰਮ ਆਪਦਾ। ਲਓ ਜੀ ਕੱਖ ਲੱਦ ਲਏ ਆਪਾਂ ਨੇ, ਚੱਲਦੇ ਹਾਂ ਘਰ ਨੂੰ ਹੁਣ। ਲਓ ਜੀ ਹੋ ਗਏ ਵਿਹਲੇ ਆਪਾਂ, ਕੱਖ ਕੁੱਖ ਵੱਢ ਤੇ ਸਾਰੇ, ਰੇੜਾ ਭਰ ਕੇ ਖੜਾ ਤਾ, ਬਸ ਲੈ ਜਾਂਗੇ ਘਰੇ ਠੰਡੇ। ਅੱਜ ਕਿਹੜਾ ਧੁੱਪ ਨਿਕਲਦੀ ਹੈ, ਹੌਲੀ ਹੌਲੀ ਲੈ ਜਾਂਗੇ। ਆ ਜਾਓ ਤੁਹਾਨੂੰ ਜੀਰੀ ਦਿਖਾਉਂਦੇ ਹਾਂ ਬੀਜੀ ਹੋਈ, ਵਿੱਚ ਤਾਂ ਹੈਗੇ ਮਾੜਾ ਮੋਟਾ ਕੱਖ ਕਿਤੇ 1-2 ਕਿੱਲਿਆਂ 'ਚ, ਉਹ ਵੀ ਮਰਤਾ ਗਿਆ ਕੱਖ, ਹੁਣ ਚਮਕਦਾ ਮਰਿਆ ਹੋਇਆ, ਵੱਡਾ ਹੋ ਗਿਆ ਸੀਗਾ। ਹੁਣ ਆਹ ਦੇਖੋ ਜੀਰੀ ਬੀਜੀ ਹੋਈ ਤੁਸੀਂ, ਵੀ ਕਹੀ ਜੀ ਹੈ। ਇਹ ਬੀਜੀ ਹੋਈ ਹੈ ਅਤੇ ਇੱਧਰ ਆਹ ਲਾਈ ਹੋਈ ਹੈ ਹੱਥੀ, ਭਈਆਂ ਦੀ ਲਾਈ ਹੋਈ। ਅਤੇ ਆਹ ਮਸ਼ੀਨ ਨਾਲ ਬੀਜੀ ਹੋਈ ਹੈ ਜੀਰੀ, ਫਰਕ ਦੇਖੋ ਵੀ ਕਿੰਨਾ ਕੁ ਲੱਗਦਾ ਤੁਹਾਨੂੰ। ਬਾਕੀ ਤਾਂ ਭਾਈ ਰੱਬ ਨੂੰ ਪਤਾ, ਝਾੜ ਨਿਕਲੇ ਤੋਂ ਪਤਾ ਲੱਗੂ ਵੀ ਕਿਹੜੀ ਕਿਵੇਂ ਨਿਕਲਦੀ ਹੈ। ਜਿਵੇਂ ਪਿਛਲੀ ਵਾਰ ਸੀਗਾ ਝਾੜ, ਉਹਦੇ ਹਿਸਾਬ ਨਾਲ ਸਾਡੇ ਅੱਧੀ ਬੀਜੀਰੀ ਲਾਈ ਹੋਈ ਸੀ, ਅੱਧੀ ਬੀਜੀ ਹੋਈ ਸੀ। ਜਿਹੜੀ ਲਾਈ ਹੋਈ ਸੀ ਉਹ ਪਈ ਸੀ 81 ਮਣ, ਜਿਹੜੀ ਬੀਜੀ ਹੋਈ ਸੀ ਮਸ਼ੀਨ ਨਾਲ ਉਹ ਪਈ ਸੀ 80 ਮਣ। 1 ਮਣ ਦਾ ਫਰਕ ਸੀਗਾ ਪਿਛਲੀ ਵਾਰੀ,
ਹੁਣ ਆਹ ਦੇਖ ਲਓ ਤੁਸੀਂ ਜੀਰੀ ਆਹ ਬੀਜ ਲਾਈ ਹੋਈ ਹੈ ਆਹ ਬੀਜੀ ਹੋਈ ਹੈ ਇਹ ਸਾਰੀ ਉੱਥੇ ਧੁਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਸਾਰੀ ਬੀਜੀ ਹੋਈ ਆ ਏਰੀਆ ਇੱਧਰੋਂ ਆਹ ਸਾਰਾ ਇੱਧਰੋਂ ਐਂ ਉਹ ਪਹੇ ਨਾਲ ਜਾ ਲੱਗੇ ਇੱਧਰੋਂ ਉਹ ਦਰਖਤ ਆ ਗਏ ਉਹ ਘਰ ਆ ਗਏ ਉੱਥੇ ਤੱਕ ਬੀਜੀ ਹੋਈ ਹੈ ਆਹ ਦਰਖਤ ਤੱਕ ਲਾਈ ਹੋਈ ਹੈ ਚਾਰ ਕਿੱਲੇ ਪੌਣੇ ਚਾਰ ਕਿੱਲੇ ਆਹ ਦੇਖੋ ਤੁਸੀਂ ਹੁਣ ਟਣੀਆਂ ਡਿੱਕਣੀਆਂ ਸਟਾਰਟ ਨੇ ਟਰੈਕਟਰ ਦੀ ਸ਼ੋਅ 'ਤੇ ਚਮਕਦੀਆਂ ਨੇ ਦੇਖੋ ਕਣੀਆਂ ਚਲੋ ਚੱਲਦੇ ਹਾਂ ਘਰ ਨੂੰ ਘਰ ਤਾਂ ਆਪਾਂ ਆ ਗਏ ਕੱਖ ਲੈ ਕੇ ਤੁਹਾਨੂੰ ਇੱਕ ਵੇਲ ਦਿਖਾਵਾਂ ਆਹ ਦੇਖੋ ਵੇਲ ਅੱਲਾਂ ਦੀ ਅਤੇ ਪਿਛਲੀ ਵਾਰੀ ਵੀ ਆਪਾਂ ਨੇ ਲਾਈਆਂ ਸੀਗੀਆਂ ਲਾਣੇਦਾਰ ਬੀਜ ਲਿਆਇਆ ਸੀ ਮੇਰਾ ਉਦੋਂ ਯਾਰ ਇਹ ਬਹੁਤ ਟਾਈਮ ਤੱਕ ਅੱਲਾਂ ਖਵਾਈ ਗਈਆਂ ਨੇ ਸਬਜ਼ੀ ਬਹੁਤ ਟਾਈਮ ਤੱਕ ਬਣਦੀ ਰਹੀ ਆ ਬਹੁਤ ਲੇਟ ਤੱਕ ਅੱਲਾਂ ਲੱਗਦੀਆਂ ਨੇ ਆਹ ਦੇਖ ਲਓ ਤੁਸੀਂ ਹੁਣ ਇਹ ਤਾਂ ਲੱਗਣੀਆਂ ਸਟਾਰਟ ਹੋ ਗਈਆਂ ਚਿਤਲੀਆਂ ਅੱਲਾਂ ਲੱਗਦੀਆਂ ਨੇ ਆਹ ਦੇਖੋ ਬਿਲਕੁਲ ਚਿਤਲੀਆਂ ਅੱਲਾਂ ਵੇਲ ਦੇਖੋ ਕਿੰਨੀ ਘੈਂਟ ਹੋ ਗਈ ਤਾਂ ਲੱਗ ਰਹੀਆਂ ਨੇ ਦੇਖੋ ਚਾਰ ਪੰਜ ਛੇ ਬਹੁਤ ਵਧੀਆ ਬੀਜ ਹੈ ਯਾਰ ਚਲੋ ਫਿਰ ਹੁਣ ਕੱਖ ਗੁੱਟ ਦੀਏ ਮੀਂਹ ਵਾਲਾ ਮੌਸਮ ਹੋ ਰਿਹਾ ਕਣੀਆਂ ਆਈ ਜਾਂਦੀਆਂ ਨੇ ਖਤਮ ਆਪਾਂ ਆ ਗਏ ਘਰ ਹੁਣ ਨਿਮੇੜ 'ਤੇ ਵਿਹਲੇ ਹੋ ਗਏ ਨਹਾਉਣ ਦੀ ਤਿਆਰੀ ਕਰਦੇ ਹਾਂ ਲਓ ਜੀ ਆਪਾਂ ਨਹਾ ਧੋ ਲਏ ਚਲੋ ਚੱਲਦੇ ਹਾਂ ਬੱਸ ਸਟੈਂਡ ਵੱਲ ਦੇਖਦੇ ਹਾਂ ਉੱਥੇ ਕੀ ਹੁੰਦਾ ਅਤੇ ਉੱਧਰ ਗੇੜਾ ਮਾਰ ਕੇ ਆਉਣੇ ਬੱਸ ਸਟੈਂਡ 'ਤੇ ਆ ਜਾਓ ਚੱਲੀਏ ਕੀ ਕਰਦਾ ਹੁਣ ਮੈਂ ਫ੍ਰੀ ਹੁੰਦੇ ਹੋਰ ਕੀ ਕਰਦਾ ਪਹਿਲਾਂ ਜਾਣ ਤਾਂ ਲੱਗ ਗਿਆ ਸੀਗਾ ਆਪਣਾ ਔਖਾ ਕੀ ਕਰਨਾ
ਹੈ ਕਿੱਥੇ ਦੀ ਉਦੋਂ ਪਹਿਲਾਂ ਲੁਧਿਆਣੇ ਲੁਧਿਆਣੇ ਬਹੁਤ ਦੂਰ ਲੱਗਿਆ ਸੀ ਕਿੰਨੀ ਤਨਖਾਹ ਦਿੰਦੇ ਤੇ ਤਨਖਾਹ ਤਾਂ ਹੈਗੀ ਤੀ ਕਿੰਨੀ 10 ਅਪੜਾਉਣ ਦਾ ਉੱਥੇ ਨਹੀਂ ਰਿਹਾ ਸੁਣਦੀ ਸੀ ਰਿਹਾ ਸੁਣਦੀ ਸੀ ਬਿਲਕੁਲ ਨਹੀਂ ਹਾਂਜੀ ਮਨਕੀਰਤ ਆ ਰਿਹਾ ਸਕੂਲੋਂ ਉਹਦੀ ਵੈਨ ਦੀ ਹੋ ਰਹੀ ਹੈ ਵੇਟ ਆਉਣ ਵਾਲੀ ਹੈ 1 ਵਜੇ ਚੱਲਿਆ 1 ਵਜੇ ਵੈਨ ਆ ਜਾਂਦੀ ਹੈ ਉਹਦੀ ਬਾਕੀ ਦੇਖਦੇ ਹਾਂ ਕਿੰਨਾ ਟਾਈਮ ਲੇਟ ਪੇਟ ਹੋ ਗਈ ਤਾਂ ਕੁਛ ਕਹਿ ਨਹੀਂ ਸਕਦੇ ਉਹ ਆ ਗਿਆ ਮਨਕੀਰ ਦੀ ਵੈਨ ਉਹੀ 10 ਮਿੰਟ ਲੇਟ ਹੁਣ ਪਹੁੰਚੇ ਨੇ ਚਲੋ ਜੀ ਆ ਗਏ ਜੀ ਭੱਜ ਗਈ ਵੈਨ ਤੇਰੀ ਬਾਏ ਕਰਦੇ ਬਾਏ ਕਰ ਰਹੇ ਨੇ ਤੈਨੂੰ ਚਲੋ ਬਈ ਅੰਦਰ ਲੈ ਬੈਗ ਉਤਾਰ ਦੇ ਉੱਤੋਂ ਤਾਦੋ ਤਾਦੋ ਚਲੋ ਜੀ ਲੈ ਚਲੋ ਕਮਰੇ 'ਚ ਕਾਰਟੂਨ ਲਵਾਂ ਚੱਲ ਅੰਦਰ ਟੀ ਵੀ ਲਾਈਏ ਚੱਲ ਬਈ ਚੱਲ ਬਹਿ ਜਾਓ ਹਾਂਜੀ ਵੀਡੀਓ ਕਰਨ ਲੱਗੇ ਬੰਦ ਹੁਣ ਅਗਲੀ ਵੀਡੀਓ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲਿੰਦ ਦੋ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ